मैं बहुत विश्वास है कि साढ़े अफसर बहुत चंगे है, वो वधिया काम करते हैं। हों की सियासतदान कहता भाई 100 करोड़ कट्ठा करके दे, हूँ किसी ने जेब चो तो देना नहीं, 100 करोड़ कितों है? अफसर कहता हूँ जो मेरे कट्ठे करने क्या है तो चंगा भाई मैं 4 पैसे अपनी जेब से पा लैंना, जो उत्तों सिस्टम ठीक होगा तो अफसर वधिया काम करे, जोड़ा नहीं काम करूगा उन्होंने टंग देंगे। साढ़ा यही काम है, प्रशासन का यही काम है कि अफसर अपना काम वधिया कर। बस हुण आपां गल करांगे इन्हां इलैक्शनां च अपनी रवायती पार्टियां अकाली दल कांग्रेस की, वो दोनों कहिंदी हैं असीं बड़ा विकास किया। चन्नी साहब कही जांदे 111 दिनां च बड़ा विकास करता, अकाली दल कहिंदा सुखबीरपाल दे पोस्टर लगे देखे, इस पिंड ते नहीं देखे दूजे पिंड च देखे सी, सुखबीर करेगा विकास, किते किते उन्हां दा नारा है विकास किया विकास करांगे। वो सानू बेवकूफ बना रहे कि असीं विकास किया। मैं हुण कुछ तुहानू आंकड़े दूंगा, आंकड़े दूंगा, इन्हां दा सारे दा प्रूफ मेरे को पिया, इत्थे कार च पिया, मेरे फोन ते भी हैगे सारे लिंक्स, नहीं तो तुसीं उन्हां देखो अपने आप चैक करियो। हलका दाखा जिदा बाकी पंजाब दे हलके उदा दा ही है, जे बाकी जगह विकास नहीं है, विकास दाखे च भी नहीं है, दाखे से ज्यादा माड़ा हाल है। ਜੇਕਰ ਆਪਾਂ ਗੱਲ ਕਰੀਏ ਸੀਐਮ ਚਿਹਰਾ ਭਗਵੰਤ ਮਾਨ ਜੀ ਦਿੱਤੇ ਗਏ ਨੇ, ਤੇ ਤੁਹਾਨੂੰ ਲੱਗਦਾ ਹੈ ਕਿ ਭਗਵੰਤ ਮਾਨ ਜੀ ਦਾ ਸੀਐਮ ਚਿਹਰਾ ਦੇਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ? ਭਗਵੰਤ ਮਾਨ ਜੀ ਦਾ ਚਿਹਰਾ ਦੇਣ ਦੇ ਕਰਕੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਤੁਹਾਡੇ ਵਿਰੋਧੀ ਕਹਿੰਦੇ ਨੇ ਵੀ ਸੀਐਮ ਚੰਨੀ ਦਾ ਚਿਹਰਾ ਦੇ ਦਿੱਤਾ ਤੇ ਕਾਂਗਰਸ ਰਿਪੀਟ ਹੋਏਗੀ। ਤੁਸੀਂ ਇਹ ਲੋਕਾਂ ਦਾ ਵਿਊਜ਼ ਲਓ, ਘਰੋ ਘਰੀ ਜਾਓ, ਲੋਕਾਂ ਤੋਂ ਪੁੱਛੋ, ਉਹਨਾਂ ਦਾ ਫੇਸ ਨਾ ਦਿਖਾਇਓ, ਹਰ ਇੱਕ ਤੋਂ ਪੁੱਛ ਕੇ ਦੇਖੋ, ਦੱਸਣਗੇ ਤੁਹਾਨੂੰ ਕੌਣ ਮੰਨ ਰਿਹਾ। ਭਗਵੰਤ ਮਾਨ ਪੰਜਾਬ ਦਾ ਸੀਐਮ ਅੱਜ ਦੀ ਤਰੀਕ 'ਚ ਬਣ ਰਿਹਾ, ਵੋਟਾਂ ਜੋ 20 ਤਰੀਕ ਨੂੰ ਪੈਣੀ ਹੈ। ਤੇ ਮੰਨ ਲਓ 20 ਫਰਵਰੀ 2022 ਨੂੰ ਲੋਕ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਜਿੱਤ ਪਾਉਂਦੇ ਨੇ, ਤੇ ਹਲਕਾ ਦਾਖਾ ਦੇ ਕਿਹੜੇ ਕਿਹੜੇ ਵਿਕਾਸ ਕੰਮ ਹੋਣਗੇ ਜਿਹੜੇ ਫੁਲਕਾ ਜੀ ਨਹੀਂ ਕਰ ਪਾਏ ਔਰ ਤੁਸੀਂ ਪਹਿਲ ਦੇ ਆਧਾਰ ਤੇ ਕਰੋ? ਦੇਖੋ ਸਭ ਤੋਂ ਪਹਿਲਾਂ ਅਸੀਂ ਰੋਜ਼ਗਾਰ ਦਾ ਕੰਮ ਕਰਨਾ ਹੈ, ਅਸੀਂ ਲੋਕਾਂ ਨੂੰ ਰੋਜ਼ਗਾਰ ਦੇਣਾ, ਸਰਕਾਰੀ ਜੌਬਸ ਵੀ ਦੇਣੀਆਂ, ਪ੍ਰਾਈਵੇਟ ਵੀ ਕ੍ਰੀਏਟ ਕਰਨੀਆਂ, ਸਾਰਿਆਂ ਨੂੰ ਸਰਕਾਰੀ ਜੌਬ ਨਹੀਂ ਮਿਲ ਸਕਦੀ। ਨੰਬਰ 2 ਤੇ ਅਸੀਂ ਚਿੱਟਾ ਖਤਮ ਕਰਨਾ ਹੈ, ਨੰਬਰ 3 ਤੇ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਹੈ, ਨੰਬਰ 4 ਤੇ ਅਸੀਂ ਸਕੂਲਾਂ ਨੂੰ ਬਿਹਤਰ ਕਰਨਾ ਹੈ, ਦਿੱਲੀ ਵਾਂਗ ਸਕੂਲ ਇੱਥੇ ਬਣਨਗੇ, ਨੰਬਰ 5 ਤੇ ਅਸੀਂ ਇੱਥੇ ਦੇ ਸਿਹਤ ਸੇਵਾਵਾਂ ਠੀਕ ਕਰਨੀਆਂ, ਪਿੰਡ ਕਲੀਨਿਕ ਬਣਾਉਣੇ ਆ ਐਂਡ ਹਸਪੀਟਲ ਬਣਾਉਣੇ ਆ, ਨੰਬਰ 6 ਤੇ ਅਸੀਂ ਭਾਈਚਾਰਾ ਵਧੀਆ ਕਰਨਾ, ਕੋਈ ਜਾਤ ਪਾਤ ਧਰਮ ਦੇ ਨਾਂ ਤੇ ਕੋਈ ਵਿਤਕਰਾ ਨਹੀਂ ਹੋਏਗਾ, ਨੰਬਰ 7 ਤੇ ਜਿਹੜੀ ਸਾਡੀ ਲੇਡੀਜ਼ ਦੀ ਸਕੀਮ ਹੈ 1000 ਰੁਪਏ ਹਰ ਇੱਕ ਲੇਡੀ ਨੂੰ ਮਿਲਣਗੇ 18 ਸਾਲ ਤੋਂ ਉੱਤੇ ਨੂੰ ਉਹ ਮਿਲੇਗੀ, 8ਵਾਂ ਸਾਡਾ ਬਿਜਲੀ ਦਾ 300 ਯੂਨਿਟ ਫ੍ਰੀ ਕਰਾਂਗੇ ਮਹੀਨੇ ਦੇ, 2 ਮਹੀਨਿਆਂ ਦੇ 600, ਇਹਦਾ ਮਤਲਬ ਹੈ ਕਿ ਜੇ ਤੁਹਾਡੇ 700 ਯੂਨਿਟ ਯੂਜ਼ ਹੋਇਆ ਤਾਂ ਤੁਹਾਨੂੰ ਸਿਰਫ 100 ਯੂਨਿਟ ਦਾ ਬਿੱਲ ਆਏਗਾ, 80% ਲੋਕਾਂ ਦਾ 0 ਬਿੱਲ ਆਏਗਾ। ਇਹਦੇ ਬਾਅਦ 9ਵੇਂ ਨੰਬਰ 'ਤੇ ਅਸੀਂ ਖੇਤੀ ਦੇ ਬਾਰੇ ਪੂਰੀ ਰਿਸਰਚ ਕਰਾਂਗੇ ਕਿ ਖੇਤੀ ਨੂੰ ਕਿਵੇਂ ਵਧੀਆ ਕੀਤਾ ਜਾਏ ਅਤੇ ਕਣਕ ਅਤੇ ਝੋਨੇ ਦੇ ਚੱਕਰ 'ਚੋਂ ਨਿਕਲਿਆ ਜਾਏ, ਅਤੇ 10ਵੇਂ ਨੰਬਰ 'ਤੇ ਉਦਯੋਗਾਂ ਨੂੰ ਬੜਾਵਾ ਦਿੱਤਾ ਜਾਏਗਾ, ਜਿਹੜੇ ਉਦਯੋਗਪਤੀ ਬਾਹਰ ਚਲੇ ਗਏ ਹੈ ਉਹਨਾਂ ਨੂੰ ਵਾਪਸ ਬੁਲਾਵਾਂਗੇ। ਤੁਸੀਂ ਆਪਣੀਆਂ 10 ਮੁੱਦੇ ਰੱਖੇ ਨੇ ਜਿਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਜੇਕਰ ਜਿੱਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਪੈਰ ਦੇ ਆਧਾਰ 'ਤੇ ਕੰਮ ਕਰੋਗੇ, ਲੇਕਿਨ ਜਦੋਂ ਦੇਵਦਵਾਲ ਜੀ ਦੀ ਮੀਟਿੰਗ ਦੇ ਵਿੱਚ ਤੁਹਾਨੂੰ ਇੱਕ ਵੋਟਰ ਨੇ ਸਵਾਲ ਕੀਤਾ ਸੀਗਾ ਸਰਦਾਰ ਫੁਲਕਾ ਜੀ ਦੇ ਲਈ, ਤਾਂ ਤੁਸੀਂ ਜਵਾਬ ਦਿੱਤਾ ਕਿ ਉਹਨਾਂ ਦੇ ਬਾਰੇ ਜਵਾਬ ਨਹੀਂ ਦੇਣਾ, ਤੁਹਾਡਾ ਕੰਮ ਨਹੀਂ ਹੈ। ਜੇਕਰ ਆਮ ਆਦਮੀ ਪਾਰਟੀ ਦਾ ਕੋਈ ਜੇਤੂ ਕੋਈ ਗਲਤੀ ਕਰਦਾ ਆ ਤਾਂ ਉਹਦਾ ਜਵਾਬ ਨਹੀਂ ਕੌਣ ਹੈ? ਤੁਹਾਡਾ ਸਵਾਲ ਬਿਲਕੁਲ ਦਰੁਸਤ ਹੈ, ਫੁਲਕਾ ਸਾਹਿਬ ਚੰਗੇ ਇਨਸਾਨ ਸੀ, ਉਹਨਾਂ 'ਤੇ ਕੋਈ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ ਸੀ, ਉਹਨਾਂ ਨੇ ਕੋਈ ਭ੍ਰਿਸ਼ਟਾਚਾਰ ਕਰਕੇ ਰਿਜ਼ਾਈਨ ਨਹੀਂ ਕੀਤਾ, ਉਹ ਇੱਕ ਸਿੱਖਾਂ ਦੀ ਲੜਾਈ ਲੜ ਰਹੇ ਸੀ 84 ਦੇ ਦੋਸ਼ੀਆਂ ਦੀ, ਦੰਗਿਆਂ ਦੇ ਦੋਸ਼ੀਆਂ ਦੀ, ਉਹ ਸਰਿਆ ਦਿਵਾਉਣਾ ਚਾਹੁੰਦੇ ਸੀ, ਉਹ ਲੀਡਰ ਆਫ ਆਪੋਜੀਸ਼ਨ ਰਹਿ ਕੇ ਨਹੀਂ ਲੜ ਸਕਦੇ, ਬਾਹਰ ਕਾਉਂਸਲ ਨਹੀਂ ਅਲਾਓ ਕੀਤਾ, ਉਹਨਾਂ ਦਾ ਨਿੱਜੀ ਮਾਮਲਾ ਸੀ, ਮੈਂ ਤਾਂ ਕਹਿ ਰਿਹਾ ਉਹ ਬੜੇ ਵਧੀਆ ਇਨਸਾਨ ਸੀ ਪਰ ਉਹਨਾਂ ਦਾ ਨਿੱਜੀ ਮਾਮਲਾ ਸੀ, ਉਹਨਾਂ ਨੇ ਰਿਜ਼ਾਈਨ ਕੀਤਾ, ਮੈਂ ਉਹਨਾਂ ਕਰਕੇ ਜਵਾਬ ਨਹੀਂ ਦੇ ਸਕਦਾ, ਪਰ ਜੇ ਸਾਡਾ ਕੋਈ ਭ੍ਰਿਸ਼ਟਾਚਾਰੀ ਹੋਏਗਾ ਸਾਡੀ ਪਾਰਟੀ 'ਚ ਉਹਦਾ ਵੀ ਉਹੀ ਹਾਲ ਹੋਏਗਾ ਜੋ ਦੂਜਿਆਂ ਦਾ ਹੋਏਗਾ। ਵੋਟਰਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਉਹ ਵੀ ਹੈ ਵੀ ਕਿਤੇ ਦੁਬਾਰਾ ਵੀ ਉਹੀ ਗੱਲ ਨਾ ਹੋ ਜਾਵੇ। ਨੈਚੁਰਲੀ ਆਪਾਂ ਕਹਿੰਦੇ ਹਾਂ ਜਿਹੜਾ ਦੁੱਧ ਆ ਜਲਿਆ ਉਹ ਉਹਨੂੰ ਲੱਸੀ ਨੂੰ ਵੀ ਫੂਕਾ ਮਾਰੀ ਜਾਂਦਾ, ਦਿਮਾਗ 'ਚ ਹੁੰਦਾ ਹੈ, ਪਰ ਅਸੀਂ ਤਾਂ ਇੱਥੇ ਬਦੋਵਾਲ ਦੇ ਹੀ ਹੈ, ਬਦੋਵਾਲ ਸਾਡੇ ਕਾਲਜ ਹੈ, ਇੱਥੇ ਸਾਡਾ ਘਰ, ਅਸੀਂ ਕਿੱਥੇ ਜਾਣਾ, ਅਸੀਂ ਇੱਥੇ ਹੀ ਹੈ। ਤਾਂ ਮੈਂ ਸਿਆਸਤਦਾਨ ਨਹੀਂ ਗਾ, ਮੈਂ ਪੋਲੀਟਿਕਸ ਕੋਈ ਪੋਲੀਟਿਕਸ ਕਰਨ ਨਹੀਂ ਆਇਆ, ਅਸੀਂ ਪੋਲੀਟਿਕਸ ਨੂੰ ਬਦਲਣ ਲਈ ਆਏ ਹਾਂ, ਜੇ ਬਦਲਣ ਲਈ ਆਏ ਹਾਂ ਤਾਂ ਇੱਥੇ ਖੜਾਂਗੇ। ਹਲਕਾ ਦਾਖਾ ਦੇ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ? ਵੋਟਰਾਂ ਨੂੰ ਇਹ ਕਹਿਣਾ ਚਾਹੁੰਦੇ ਜੀ ਬਦਲਾਅ ਲੈ ਕੇ ਆਉਣਾ ਅਤੇ ਪੂਰਾ ਯੋਗਦਾਨ ਪਾਓ,
ऐसा योगदान पाओ कि किसी भी तरीके ना कोई कमी ना रहे। अपने जिन्हें रिश्तेदार बाकी हल्कों से उन्होंने भी कहो आप ऐतकी पूरे पंजाब बदलाव लेके आओ।